45 HP ਆਉਂਦਾ ਸੀਗਾ ਪਹਿਲਾਂ, ਠੀਕ ਹੈ, ਹੁਣ 49.9 HP ਆਉਂਦਾ ਜੀ। 50 ਦੇ ਨੇੜੇ ਮੰਨ ਲਓ, 50 ਦੇ ਨੇੜੇ, 50 ਹੀ ਮੰਨੋ ਜੀ। ਨਾ ਆ ਪੱਖਿਆਂ ਨਾਲ ਹੀ ਠੰਡਾ ਹੁੰਦਾ ਜੀ, ਠੀਕ ਹੈ। ਇਹਨਾਂ ਪੱਖਿਆਂ ਨਾਲ ਠੰਡਾ ਹੁੰਦਾ ਕੀ ਮਤਲਬ ਬਾਈ? ਇਹ ਹਵਾ ਨਾਲ ਠੰਡਾ ਹੁੰਦਾ ਜੀ, ਬਿਨਾਂ ਰੀਹੀਟਰ ਤੋਂ। ਹਵਾਈ ਜਹਾਜ਼, ਸਮੁੰਦਰੀ ਟੈਂਕ, ਸਮੁੰਦਰੀ ਜਹਾਜ਼ ਸਾਰੇ ਹਵਾ ਨਾਲ ਠੰਡੇ ਹੁੰਦੇ ਆ, ਠੀਕ ਹੈ। ਜਿੰਨੇ ਵੀ ਵੱਡੇ ਤੋਂ ਵੱਡੀ ਮਸ਼ੀਨਰੀ ਹੈ, ਫੌਜ ਦੇ ਟੈਂਕ ਹੋ ਗਏ, ਹਵਾਈ ਜਹਾਜ਼ ਹੋ ਗਏ, ਲੜੀ ਪੈਪ 'ਚ ਲੈਣੀ ਹੈ ਸਪਲਾਈ ਤਾਂ ਲੜੀ 'ਚ ਲੈ ਲਓ, ਇਹਨੂੰ ਵਾਪਸੀ ਬਣਾ ਲਓ, ਇਹ 'ਚ ਸਪਲਾਈ ਲੈਣੀ ਹੈ ਤਾਂ ਇਹ 'ਚ ਲੈ ਲਓ, ਇਹਨੂੰ ਵਾਪਸੀ ਬਣਾ ਲਓ ਜੀ, ਇਹ 'ਚ ਇਹ ਵੀ ਖਾਸ ਆਪਣੀ ਮਰਜ਼ੀ ਹੈ। ਦੋਸਤੋ ਵੀ ਕੀ ਹਾਲ ਆ ਵੀ ਸਾਰੇ ਦੋਸਤ ਠੀਕ ਠਾਕ ਨੇ? ਇੰਡੀਆ ਦਾ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਇੰਡੀਆ ਦੇ ਵਿੱਚ ਹੀ ਬੰਨ ਲੱਗਿਆ, ਠੀਕ ਹੈ, ਆਇਸ਼ਰ 485। ਇਹ ਟਰੈਕਟਰ ਦੀ ਮੈਂ ਤੁਹਾਨੂੰ ਨੌਲੇਜ ਦਿੰਦਾ, ਪਰ ਇੰਡੀਆ ਦੇ ਵਿੱਚ ਜਦੋਂ ਬੰਨ ਲੱਗਿਆ ਟਰੈਕਟਰ 485 ਨਹੀਂ, ਸਿੱਧਾ ਬੰਨ ਲੱਗਿਆ ਆਇਸ਼ਰ ਕੰਪਨੀ, ਹੈ ਹੀ ਇੰਡੀਆ ਦੀ ਆ, ਮੇਡ ਇਨ ਇੰਡੀਆ, ਠੀਕ ਹੈ। ਅੱਜ ਤੁਹਾਨੂੰ ਮੈਂ 485 ਇਸ ਟਰੈਕਟਰ ਦੀ ਨੌਲੇਜ ਦੇਊਂਗਾ। ਮੇਰੇ ਨਾਲ ਬਾਈ ਜੀ ਨੇ, ਬਾਈ ਜੀ ਤੋਂ ਆਪਾਂ ਸਾਰੀ ਨੌਲੇਜ ਲੈਂਦੇ ਹੈਗੇ ਹਾਂ, ਕੀ ਪ੍ਰਾਈਸ ਵਗੈਰਾ ਹੈਗੀ ਆ, ਕੀ ਕੁਆਲਿਟੀ ਇਹਦੀ, ਹੈ ਨਾ। ਅਤੇ ਬਾਈ ਕਹਿੰਦੇ ਬਹੁਤ ਵੱਖਰਾ ਟਰੈਕਟਰ ਆ, ਬਹੁਤ ਘੈਂਟ ਟਰੈਕਟਰ ਆ, ਹਿੱਲ ਜਾਂਦੇ ਆ ਜੀ ਨੌਲੇਜ ਆਪਾਂ। ਤੁਸੀਂ ਇੱਕ ਵਾਰ ਦੂਰੋਂ ਦੇਖ ਲਓ ਤੁਸੀਂ, ਠੀਕ ਹੈ, ਟਰੈਕਟਰ ਨੂੰ। ਅਤੇ ਆਪਣੇ ਨਾਲ ਬਾਈ ਜੀ ਨੇ, ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਹੋਰ ਜੀ ਠੀਕ ਠਾਕ ਹੋ ਜੀ? ਠੀਕ ਠਾਕ ਵਧੀਆ, ਠੀਕ ਹੈ। ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਂ ਜਸਵੀਰ ਸਿੰਘ ਹੈ ਜੀ। ਜਸਵੀਰ ਸਿੰਘ, ਹਾਂਜੀ ਹਾਂ, ਠੀਕ ਹੈ ਜੀ। ਬਾਈ ਜੀ ਤੁਸੀਂ ਦੱਸਿਆ ਜਮਾਂ ਹੀ ਬਿਲਕੁਲ ਵੱਖਰਾ ਟਰੈਕਟਰ ਆ ਇਹ। ਹਾਂ, ਵੱਖਰਾ ਟਰੈਕਟਰ, ਠੀਕ ਹੈ। ਵੀ ਜਿਹੜਾ ਕੁਛ ਇਸ ਟਰੈਕਟਰ ਦੇ ਵਿੱਚ ਆ ਉਹ ਕਿਸੇ ਟਰੈਕਟਰ 'ਚ ਹੀ ਹੈ? ਹੋਰ ਕਿਸੇ 'ਚ ਨਹੀਂ ਜੀ। ਕੀ ਹੈਗਾ ਕੀ ਇਹਦੇ ਵਿੱਚ ਜੀ ਜਿਹੜਾ ਹੋਰ ਕਿਸੇ ਟਰੈਕਟਰ 'ਚ ਹੈ ਨਹੀਂ? ਪਹਿਲਾਂ ਤਾਂ ਇਹੀ, ਪਹਿਲੀ ਗੱਲ ਤਾਂ ਇਹ ਹੈ ਜੀ, ਹੁਣ ਦੂਜੀਆਂ ਕੰਪਨੀਆਂ ਨੇ ਹਾਊਸ ਪਾਵਰ ਵਧਾਈ ਹੈ, ਸਾਡੀ ਪਹਿਲੀ ਕੰਪਨੀ ਹੈ, ਘਟਾਈ ਹੈ ਸੋਰੀ, ਅਤੇ ਸਾਡੀ ਪਹਿਲੀ ਕੰਪਨੀ ਆਇਸ਼ਰ ਜੀ ਨੇ ਵਧਾਈ ਹੈ। ਇਹ 45 HP ਆਉਂਦਾ ਸੀਗਾ ਪਹਿਲਾਂ, ਠੀਕ ਹੈ, ਹੁਣ 49.9 HP ਆਉਂਦਾ ਜੀ। 50 ਦੇ ਨੇੜੇ ਮੰਨ ਲਓ, 50 ਦੇ ਨੇੜੇ, 50 ਹੀ ਮੰਨੋ ਜੀ, ਠੀਕ ਹੈ, 1.5 ਹੀ ਘੱਟ ਹੈ। ਅਤੇ ਦੂਜੀ ਗੱਲ ਇਹ ਹੈ ਵੀ ਉਹ ਰੀਰੀਟਰ ਵਾਲੇ ਆਉਂਦੇ ਆ ਜੀ, ਹਾਂਜੀ, ਇਹ ਵਿਦਾਊਟ ਰੀਰੀਟਰ ਹੈ, ਬਿਨਾਂ ਰੀਰੀਟਰ ਤੋਂ ਪੱਖਾ। ਅੱਛਾ, ਰੀਰੀਟਰ ਹੀ ਹੈ ਨਹੀਂ ਇਹਦੇ? ਇਹਦੇ ਹੈ ਹੀ ਨਹੀਂ ਜੀ, ਬਿਨਾਂ ਪੱਖਿਆਂ ਨਾਲ ਹੀ ਠੰਡਾ ਹੁੰਦਾ ਜੀ, ਠੀਕ ਹੈ। ਇਹਨਾਂ ਪੱਖਿਆਂ ਨਾਲ ਠੰਡਾ ਹੁੰਦਾ ਕੀ ਮਤਲਬ ਬਾਈ? ਇਹ ਹਵਾ ਨਾਲ ਠੰਡਾ ਹੁੰਦਾ ਜੀ, ਹਵਾ ਨਾਲ ਹੀ ਠੰਡਾ, ਏਅਰ ਕੂਲਡ ਇੰਜਨ ਆ ਇਹਨੂੰ ਬੋਲਦੇ ਆ ਜੀ, ਠੀਕ ਹੈ। ਜਰਮਨ ਦੀ ਤਕਨੀਕ ਸੀ ਪਹਿਲਾਂ, ਜਿਹੜਾ 241 ਆਸ਼ਾ ਆਉਂਦਾ ਹੁੰਦਾ ਸੀ, ਆਸ਼ਾ ਉਹ 'ਚ ਵੀ ਇਹੀ ਤਕਨੀਕ ਹੈ ਜੀ, ਠੀਕ ਹੈ। ਇਹ ਆਇਸ਼ਰ ਦਾ ਆਪਦਾ ਟਰੈਕਟਰ ਹੈ ਜੀ, ਮੰਨ ਲਓ ਜਿਹੜੇ ਰੀਰੀਟਰ ਵਾਲੇ ਟਰੈਕਟਰ ਹੈ ਉਹ 100 degrees ਤੇ ਜਾ ਕੇ ਗਰਮ ਹੋ ਜਾਂਦੇ ਆ, ਪਾਣੀ ਬਾਲਾ ਮਾਰ ਜਾਂਦਾ, ਠੀਕ ਹੈ। ਇਹ 110-115 degrees ਤੱਕ ਕੰਮ ਕਰਦਾ ਗਰਮੀਆਂ 'ਚ। ਅੱਛਾ, 110-115 degrees ਤੱਕ ਵੀ ਕੋਈ ਸਹਿ ਜਾਂਦਾ? ਹਾਂ, ਹਵਾ ਨਾਲ ਠੰਡਾ ਹੁੰਦਾ ਰਹਿੰਦਾ। ਦੂਜੀ ਗੱਲ ਇਹ ਹੈ ਵੀ ਜਿੰਨੇ ਇਹ 'ਚ ਨਾ ਕੋਈ ਗੱਲ ਦੀ ਸਮੱਸਿਆ ਵੀ ਗੈਲਰੀਆਂ ਗੂਲਰੀਆਂ ਬੰਦ ਹੋ ਜਾਂਦੀਆਂ, ਪਾਣੀ ਕਈ ਵਾਰ ਅਗਲਾ ਮਾੜਾ ਪਾ ਦਿੰਦਾ ਰੀਰੀਟਰ 'ਚ, ਤਾਂ ਇਹ 'ਚ ਉਹ ਚੱਕਰ ਹੀ ਖਤਮ ਕਰਤਾ ਕੰਪਨੀ ਨੇ। ਜਦੋਂ ਪਾਣੀ ਨਹੀਂ ਪੈਂਦਾ ਤਾਂ ਮਾੜਾ ਕੀ ਹੋਣਾ, ਨਾ ਕੋਈ ਗੈਲਰੀ ਬੰਦ ਹੋਣੀ ਆ, ਨਾ ਇਹਨੇ ਖਰਾਬ ਹੋਣਾ। ਬਸ ਇਹਦੀ ਇੱਕੋ ਹੀ ਥਿਊਰੀ ਆ, 3 ਨਟ ਖੋਲੋ ਤੇ ਪੱਖਿਆਂ 'ਚ ਹਵਾ ਮਾਰੋ ਤੇ ਸਾਫ਼ ਆ, ਬਸ ਬਸ ਇੰਜਨ ਨਵਾਂ ਬਣ ਗਿਆ, ਇੰਜਨ ਨਵਾਂ ਬਣ ਗਿਆ ਜੀ। ਇਹ ਹੈ ਵੀ ਜਿੰਨੇ ਹੁਣ ਅੱਜ ਤੱਕ ਬਿਨਾਂ ਰੀਰੀਟਰ ਤੋਂ ਹਵਾਈ ਜਹਾਜ਼, ਸਮੁੰਦਰੀ ਟੈਂਕ, ਸਮੁੰਦਰੀ ਜਹਾਜ਼ ਸਾਰੇ ਹਵਾ ਨਾਲ ਠੰਡੇ ਹੁੰਦੇ ਆ, ਠੀਕ ਹੈ। ਜਿੰਨੇ ਵੀ ਵੱਡੇ ਤੋਂ ਵੱਡੀ ਮਸ਼ੀਨਰੀ ਹੈ, ਫੌਜ ਦੇ ਟੈਂਕ ਹੋ ਗਏ, ਹਵਾਈ ਜਹਾਜ਼ ਹੋ ਗਏ, ਤੁਹਾਡੇ ਸਮੁੰਦਰੀ ਜਹਾਜ਼ ਹੋ ਗਏ, ਸਾਰਿਆਂ 'ਚ ਏਅਰ ਕੂਲਡ ਇੰਜਨ ਲੱਗਿਆ। ਇਹ 'ਚ ਵੀ ਉਹੀ ਏਅਰ ਕੂਲਡ ਇੰਜਨ ਲੱਗਿਆ ਜੀ, ਪਾਵਰ ਸਟੇਅਰਿੰਗ ਹੈ, ਡਬਲ ਕਲੱਚ ਹੈ, ਠੀਕ ਹੈ, ਅਤੇ ਸਾਈਡ ਗੇਅਰ ਹੈ ਇਹ 'ਚ, ਸਾਈਡ ਗੇਅਰ ਆ ਗਿਆ, ਹਾਂਜੀ, 59.9 ਹੋਸ ਪਾਵਰ ਹੈ ਜੀ। ਅਤੇ ਕਿੰਨੀ ਸਪੀਡ ਆ ਗਿਆ ਟਰੈਕਟਰ ਜੀ? ਇਹ 2 speed ਹੈ ਜੀ, ਠੀਕ ਹੈ, ਅਤੇ 5 reading 'ਚ, 5-star ਰੀਡਿੰਗ 'ਚ ਹੈ, 485 ਇਹ ਹੁਣੀ ਆਉਣ ਲੱਗਿਆ ਜੀ, ਜੀ, ਅਤੇ ਪਾਵਰ ਸਟੇਅਰਿੰਗ ਦੇ ਨਾਲ ਹੈ, ਸਾਰੇ ਫੀਚਰ ਹੈ ਜਿਹੜੇ ਦੂਜੇ ਟਰੈਕਟਰਾਂ 'ਚ, ਠੀਕ ਹੈ। 2 ਸਾਲ ਦੀ ਗਰੰਟੀ ਵਾਰੰਟੀ ਹੈ ਇਹਦੀ ਕੰਪਨੀ ਦੀ, ਠੀਕ ਹੈ, ਅਤੇ ਜਿਵੇਂ ਮਰਜ਼ੀ ਚਲਾਓ ਜੀ। ਵਿੱਚ ਤਾਂ ਹੁਣ ਸਾਡੇ ਕੋਲ ਗਾਹਕ ਆ ਕੇ ਕਹਿ ਦਿੰਦੇ ਆ ਵੀ ਤੂੜੀ ਵਾਲੀ ਰਿਪਰ 'ਤੇ
ਕੰਪਨੀ ਵਾਲੇ ਵੀ ਇਹਦੀ ਉਹ ਹੀ ਨਹੀਂ ਦਿੰਦੇ, ਰੀਪਰ ਦੀ ਗਰੰਟੀ ਨਹੀਂ ਦਿੰਦੇ ਵੀ 485 ਮਗਰ ਪਾਉਣਾ ਤਾਂ ਅਸੀਂ ਰੀਪਰ ਹੀ ਨਹੀਂ ਦਿੰਦੇ, ਇਹਦੀ ਪੀਟੀਓ ਪਾਵਰ ਇੰਨੀ ਹੈ। ਅੱਛਾ, ਹਾਂਜੀ ਹਾਂਜੀ, ਠੀਕ ਹੈ। ਤਾਂ ਮਤਲਬ ਆਲ ਦਾ ਬੈਸਟ ਟਰੈਕਟਰ ਹੈ ਜੀ ਇਹ, ਵਧੀਆ। ਤੇ ਇੱਧਰ ਬੈਟਰੀ ਬਾਕਸ ਕਿੰਨਾ ਸੋਹਣਾ ਬਣਾਤਾ ਹੈ। ਹਾਂ, ਸਾਰਾ ਹੀ ਸੋਹਣਾ ਜੀ, ਸਾਰੇ ਹੀ ਟਰੈਕਟਰ ਸੋਹਣਾ ਹੈ, ਰੰਗ ਰੂਪ ਸਭ ਕੁਝ ਫਿਟਿੰਗ। ਸਿਲਵਰ ਕਲਰ ਦੇਖੋ, ਸਿਲਵਰ ਕਲਰ, ਹਾਂ, ਪ੍ਰਿੰਟ ਜਿਹਾ ਕਲਰ ਆ ਗਿਆ ਟਰੈਕਟਰ ਦਾ। ਤੇ ਅੱਗੇ ਲੋ ਵੀ ਐਸ਼ਰ ਦੀ ਇੱਕ ਬ੍ਰਾਂਡਿੰਗ ਲੋਗੋ ਆ ਗਿਆ ਜੀ, ਤੇ ਆਪਣੋ ਸਿੰਪਲ ਲਾਈਟਾਂ ਆ ਗਈਆਂ ਅੱਗੇ ਤੋਂ, ਠੀਕ ਹੈ। ਤੇ ਬਾਕੀ ਕੰਪਨੀਆਂ 'ਚ ਬੰਪਰ ਬਾਹਰੋਂ ਆਉਂਦਾ, ਇਹਦਾ ਬੰਪਰ ਵੀ ਨਾਲ ਹੀ ਫਿਟਡ ਆਉਂਦਾ ਕੰਪਨੀ ਬੰਨੀਆਂ, ਠੀਕ ਹੈ ਜੀ। ਕਿੰਨਾ ਵੇਟ ਆ ਜੀ ਬੰਪਰ 'ਚ? ਇਹਦੇ 'ਚ ਇਹ 'ਚ ਹੈਗਾ ਜੀ 45-46 ਕਿਲੋ ਵੇਟ, ਠੀਕ ਹੈ। ਅੱਗੇ ਤੋਂ ਇਹਦੀ ਡਿਜ਼ਾਇਨਿੰਗ ਦੇਖੋ, ਹੈ ਨਾ, ਡਿਜ਼ਾਇਨਿੰਗ ਬੜੀ ਸੋਹਣੀ ਕੀਤੀ ਹੋਈ ਹੈ, ਨਾਲ ਲਾਈਨਿੰਗ ਲਾਈ ਹੋਈ ਹੈਗੀ, ਠੀਕ ਹੈ। ਅਤੇ ਇੱਧਰਲੀ ਸਾਈਡ ਤੋਂ ਕੀ ਗੱਲਬਾਤ ਆ ਗਈ ਜੀ? ਉਹੀ ਹੈ ਬਸ ਵੀ ਇਨਲੈਂਡ ਪੰਪ ਲੱਗਿਆ ਹੋਇਆ ਜੀ, ਮਤਲਬ ਮਾਈਕੋ ਬੋਸ਼ ਦਾ ਲੱਗਿਆ ਹੋਇਆ ਜੀ, ਪਾਵਰ ਸਟੇਅਰਿੰਗ ਦਾ ਵੱਖਰਾ ਲੱਗਿਆ ਹੋਇਆ, ਵਾਟਰ ਸਪਰੇਟਰ ਲੱਗਿਆ ਹੋਇਆ ਜੀ, ਅਤੇ ਤੇਲ 'ਚ ਬ੍ਰੇਕਾਂ ਜੀ, ਮਤਲਬ ਇਹਦਾ ਰੱਖ ਰਖਾਅ ਸੁੱਖ, ਡਬਲ ਕਲੱਚ ਹੈ ਜੀ, ਠੀਕ ਹੈ ਜੀ। ਡਬਲ ਕਲੱਚ ਹੈ, ਕਲੱਚ ਜਮਾ ਇਹਨੇ ਪੂਰਾ ਸਮੂਥ ਆ ਜੀ, ਹੈ ਨਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਓਕੇ। ਅਤੇ ਇਹ ਦੇਖੋ ਤਾਂ ਡਿਫਰੈਂਟ ਜਿਹਾ ਫੁੱਟਰੈਸਟ ਦੇਖੋ ਸਾਈਡ ਜੀ 'ਤੇ ਦੇਖਦਾ, ਜਿਹੜਾ ਪਲੇਟਫਾਰਮ ਨਾਲ ਅਟੈਚ ਨਹੀਂ ਹੈਗਾ, ਇੰਜਨ ਸਿੱਧੇ ਇੰਜਨ ਨਾਲ ਅਟੈਚ ਹੈ ਇਹਦਾ ਫੁੱਟਰੈਸਟ। ਪਹਿਲੇ ਪਾਸੋਂ ਇਹਦੀ ਐਂ ਹੈ ਵੀ ਜਿਵੇਂ ਹੋਰ ਟਰੈਕਟਰਾਂ ਨੂੰ ਇੰਜਨ ਦੀ ਸੇਫ ਇਹਦੀ ਵੱਖਰੀ ਹੈ, ਬਣਾਵਟ 'ਚ ਵੀ ਵੱਖਰਾ ਇਹ, ਤਾਂ ਆਪਦਾ ਇਸ਼ਰ ਦਾ ਆਪਦਾ ਹੀ ਪ੍ਰੋਡਕਟ ਹੈ ਜੀ, ਵੱਖਰਾ ਵੱਖਰਾ ਹੀ ਆਪਦਾ ਇੰਜਨ ਹੈ, ਆਪਦਾ ਇੰਜਨ ਹੈ ਜੀ, ਆਪਦਾ ਇਹਨਾਂ ਦਾ ਜੀ। ਹਾਂ, ਬਹੁਤ ਹੈਵੀ ਡਿਊਟੀ ਟਰੈਕਟਰ ਹੈ ਜੀ, ਏਅਰ ਕੂਲਡ ਤਾਂ ਕਿਸੇ ਹੋਰ ਦਾ ਆਇਆ ਨਹੀਂ ਜੀ ਇੰਜਨ, ਠੀਕ ਹੈ ਜੀ, ਇਕੱਲਾ ਇਸ਼ਰ ਕੋਲ ਹੀ ਹੈ ਟਰੈਕਟਰ ਏਅਰ ਕੂਲਡ, ਠੀਕ ਹੈ। ਕਿਸੇ ਕੰਪਨੀ ਦੇ ਏਅਰ ਕੂਲਡ ਹੈ ਜੀ? ਕਿਸੇ ਦੇ ਏਅਰ ਕੂਲਡ ਹੈ ਨਹੀਂ, ਇਕੱਲੇ ਇਸ਼ਰ ਨਹੀਂ, ਇਕੱਲਾ ਇਸ਼ਰ ਕੋਲ ਹੀ ਕਰੀਆਂ, ਇੱਕ ਦੋ ਕੰਪਨੀਆਂ ਨੇ, ਉਹ ਬੰਦ ਹੋ ਗਿਆ, ਮਹਿੰਦਰਾ ਵਗੈਰਾ ਨੇ, ਸਵਰਾਜ ਵਗੈਰਾ ਨੇ ਏਅਰ ਕੂਲਡ ਇੰਜਨ ਬਣਾਏ ਸੀ, ਉਹ ਕਾਮਯਾਬ ਨਹੀਂ ਹੋਏ ਜੀ, ਠੀਕ ਹੈ। ਸਿਰਫ ਤੇ ਸਿਰਫ ਐਸ਼ਰ 'ਚ ਹੀ ਕਾਮਯਾਬ ਹੈ ਜੀ, ਸਨ 1962 'ਚ ਇਹਨਾਂ ਦਾ ਪਹਿਲਾਂ ਐਸ਼ਰ 247 ਆਇਆ ਸੀ, ਸਭ ਤੋਂ ਜ਼ਿਆਦਾ ਇਹਦੀ ਹੈ, ਠੀਕ ਹੈ। ਸੇਮ ਹਾਰਸ ਪਾਵਰ ਦੇ ਹਿਸਾਬ ਨਾਲ ਦੇਖੀਏ ਜੀ, ਸਭ ਤੋਂ ਜ਼ਿਆਦਾ ਪੀਟੋ ਪਾਵਰ ਕੁੰਡੀ ਵਾਲੀ ਮਸ਼ੀਨ ਵਾਲੇ ਜਦੋਂ ਵੀ ਹੋਣਗੇ ਉਹ ਤੁਹਾਨੂੰ ਪੁੱਛਣਗੇ, ਜੇ ਤੁਸੀਂ ਦੱਸੋਗੇ ਤੁਸੀਂ 485 ਲਾਉਣਾ, ਹਾਂਜੀ, ਫਿਰ ਉਹ ਤੁਹਾਨੂੰ ਕਟਰ ਪਾਰ ਹੈ ਜਿਹੜੀ ਉਹਦੀ ਆਪਣੀ ਤੂੜੀ ਵਾਲੀ ਮਸ਼ੀਨ ਦੀ, ਉਹ ਥੋੜ੍ਹੀ ਵਧੀਆ ਕੁਆਲਿਟੀ ਦੀ ਲਾਉਣਗੇ, ਕਿਉਂਕਿ ਦੱਬਦਾ ਨਹੀਂ ਜੀ, ਇਹ ਗਿੱਲੇ ਲਾਹਣ ਨੂੰ ਵੀ ਖਿੱਚਿਆ ਜਾਂਦਾ, ਉਦੋਂ ਕਟਰ ਪਾਰ ਮਾੜੀ ਹੁੰਦੀ ਆ, ਉਹ ਫਿਰ ਭੰਨੀ ਜਾਂਦੀ ਹੈ, ਟੁੱਟ ਜਾਂਦੀ ਹੈ, ਸੋਰੀ ਜੀ, ਹਾਂਜੀ, ਇਹ ਬਹੁਤ ਵੱਡੀ ਕੂਪੀ ਹੈ ਜੀ, ਇਹ ਤਾਂ ਸਭ ਨੂੰ ਪਤਾ ਇਹਦੇ ਬਾਰੇ 485 ਬਾਰੇ ਜੀ। ਬਾਕੀ ਇਹ ਖੇਤੀਬਾੜੀ 'ਚ ਵੀ ਕਾਮਯਾਬ ਹੈ, ਕਮਰਸ਼ੀਅਲ 'ਚ ਵੀ ਕਾਮਯਾਬ ਹੈ, ਕਿਉਂਕਿ ਤੇਲ ਦਾ ਖਰਚਾ ਬਹੁਤ ਘੱਟ ਹੈ, ਟਰਾਲੀ 'ਤੇ ਬਹੁਤ ਕਾਮਯਾਬ ਹੈ, ਤੂੜੀ ਵਾਲੀ ਮਸ਼ੀਨ 'ਤੇ ਬਹੁਤ ਕਾਮਯਾਬ ਹੈ ਜੀ। ਤੇਲ ਦਾ ਖਰਚਾ ਕੀ ਆਉਂਦਾ ਜੀ ਘੰਟੇ ਕੁ ਦਾ? ਇਹਦਾ ਘੰਟੇ ਕੁ ਦੇ ਦੇਈ ਦਿੰਦਾ ਜੀ 5.5 ਤੋਂ 6 ਲੀਟਰ ਫੁੱਲ ਲੋਡ 'ਤੇ, ਵਾਹੀ 'ਤੇ, ਠੀਕ ਹੈ। ਜਦੋਂ ਜੇ ਤੁਸੀਂ ਟਰਾਲੀ ਦੀ ਗੱਲ ਕਰੋ, ਜਿਵੇਂ ਡੀਪੂ 'ਚੋਂ ਇਹ ਚੱਲ ਕੇ ਆਉਂਦੇ ਆ ਜੀਰਕਪੁਰ ਤੋਂ, ਇਹ 8 ਤੋਂ 9 ਕਿਲੋਮੀਟਰ ਦੀ ਐਵਰੇਜ ਦੇ ਦਿੰਦੇ ਆ, ਠੀਕ ਹੈ, 1 ਲੀਟਰ ਨਾਲ, ਹਾਂਜੀ, 49 ਪਾਵਰ ਹੈ ਬਾਈ ਖਾਲੀ, ਠੀਕ ਹੈ, ਹਾਂਜੀ, ਕਿਉਂਕਿ ਉਹਨਾਂ ਨੂੰ ਓਨਾ ਹੀ ਪੈਸਾ ਮਿਲਦਾ ਡਰਾਈਵਰਾਂ ਨੂੰ, ਹਾਂਜੀ, ਅਤੇ ਪਹੁੰਚਾਉਣ ਦਾ, ਉਹ ਆਪ ਦੱਸਦੇ ਇਹ ਚੀਜ਼ ਨੂੰ ਜੀ, ਹਾਂ, ਥੋੜ੍ਹਾ ਆਰਾਮ ਨਾਲ ਆ ਜਾਂਦਾ, 10 ਤੱਕ ਤੋਂ ਵੀ ਐਵਰੇਜ ਦੇ ਜਾਂਦਾ ਜੀ। ਅਤੇ ਅੱਗੇ ਵਾਲੇ ਟਾਇਰ ਆ ਗਿਆ ਜੀ 5-6-16, ਇਹਦੇ ਨਾਲ ਇਹਦੀ ਵਾਈਬ੍ਰੇਸ਼ਨ ਬੜੀ ਘੱਟਦੀ ਹੈ ਜੀ, ਕਈ ਵਾਰ ਟਾਇਰ ਵੱਡੇ ਪਾ ਲੈਂਦੇ ਉਹਦਾ ਵਾਈਬ੍ਰੇਸ਼ਨ ਵੱਧ ਜਾਂਦੀ ਹੈ ਜੀ। ਪਿੱਛੇ ਟਾਇਰ ਆ ਗਈ 14-9-28 ਖੇਤੀਬਾੜੀ ਸਭ ਤੋਂ ਜ਼ਿਆਦਾ ਇਹੀ ਯੂਜ਼ ਹੁੰਦੇ ਜੀ, ਠੀਕ ਹੈ ਜੀ। ਇਹ ਸਲਿੱਪ ਵਗੈਰਾ ਘੱਟ ਮਾਰਦੇ ਆ 14-9-28 ਦੇ, ਮੂਹਰਲੇ 6-16 ਦੇ ਆ ਗਏ ਜੀ ਜੀ,
ਤਾਂ ਜ਼ਿਆਦਾ ਬੰਦਾ ਪਾਵਰ ਸਟੇਅਰਿੰਗ ਸਖਾਲਾ ਰਹਿੰਦਾ, ਵਧੀਆ ਮੁੜਦਾ ਜੀ। ਬਾਹਲੇ ਚੌੜੇ ਟਾਇਰ ਵੀ ਕੀ ਕਰਨੇ ਆ ਜੀ ਆਪਾਂ ਖੇਤੀਬਾੜੀ 'ਚ। ਇਹਦੀ ਲਿਫਟ ਕਪੈਸਿਟੀ ਵਗੈਰਾ ਜੀ? ਇਹਦੀ 2000 ਕਿਲੋ ਦੀ ਲਿਫਟ ਆ ਜੀ। ਠੀਕ ਹੈ। ਅਤੇ ਡਬਲ ਡਿਸਟ੍ਰੀਬਿਊਟਰ ਆ ਜੀ, ਡਿਸਟ੍ਰੀਬਿਊਟਰ ਲੱਗੇ ਡਬਲ ਜੀ। ਤਾਂ ਇਹਦੇ ਡਿਸਟ੍ਰੀਬਿਊਟਰ 'ਚ ਵੀ ਫੀਚਰ ਹੈ ਵੀ ਜੇ ਤੁਸੀਂ ਇਕੱਲੀ ਇਕੱਲੀ ਸਪਲਾਈ ਲੈਣੀ ਆ, ਇਹ 'ਚ ਲੈਣੀ ਆ ਇਹ 'ਚ ਲੈ ਲਓ, ਇਹ 'ਚ ਲੈਣੀ ਆ ਇਹ 'ਚ ਲੈ ਲਓ ਜੀ, ਤਾਂ ਤੁਹਾਨੂੰ ਉਹ ਵੀ ਇਹਦੇ ਪੁਰਜ਼ਾ ਲੱਗਿਆ ਆਹ ਲੱਗਿਆ, ਤਾਂ ਜਿਹੜੇ 'ਚ ਤੁਸੀਂ ਸਪਲਾਈ ਲੈਣੀ ਆ ਉਸ ਪੈਪ 'ਚ ਲੈ ਸਕਦੇ, ਉਸ ਪੇਜ ਨਾਲ ਲੈ ਸਕਦੇ। ਹਾਂ ਹਾਂ, ਜੇ ਤੁਸੀਂ ਥੱਲੜੀ ਪੈਪ 'ਚ ਲੈਣੀ ਆ ਸਪਲਾਈ, ਥੱਲੜੀ 'ਚ ਲੈ ਲਓ, ਇਹਨੂੰ ਵਾਪਸੀ ਬਣਾ ਲਓ। ਇਹ 'ਚ ਸਪਲਾਈ ਲੈਣੀ ਆ ਤਾਂ ਇਹ 'ਚ ਲੈ ਲਓ, ਇਹਨੂੰ ਵਾਪਸੀ ਬਣਾ ਲਓ ਜੀ। ਇਹ 'ਚ ਇਹ ਵੀ ਖਾਸ ਆਪਣੀ ਮਰਜ਼ੀ ਹੈ, ਤਾਂ ਇਹਦੇ ਡਿਸਟ੍ਰੀਬਿਊਟਰ 'ਚ ਵੀ ਇਹ ਫੰਕਸ਼ਨ ਹੈਗਾ ਜੀ। ਠੀਕ ਹੈ ਜੀ। ਅਤੇ ਇਹਦੀ ਪਿਛਲੇ ਹਿੱਸੇ ਦੀ ਕੀ ਗੱਲਬਾਤ ਹੈਗੀ ਜੀ? ਪਿਛਲੇ ਹਿੱਸੇ ਦੀ ਗੱਲਬਾਤ ਤਾਂ ਠੀਕ ਹੈ ਜੀ, ਤੇਲ 'ਚ ਬ੍ਰੇਕਾਂ ਜੀ, ਤਾਂ ਸਿੱਧੇ ਐਕਸਲਾਂ ਵਾਲਾ ਹਿੱਸਾ ਜੀ, 45 ਲੀਟਰ ਤੇਲ ਪੈਂਦਾ ਇਹਦੇ ਮਗਰ ਹਿੱਸੇ 'ਚ ਜੀ, ਅਤੇ 2000 ਕਿਲੋ ਦੀ ਲਿਫਟ ਹੈ ਜੀ ਇਹਦੀ, ਤਾਂ ਬਹੁਤ ਵਧੀਆ ਆਲ ਦਾ ਬੈਸਟ ਟਰੈਕਟਰ ਬਣਾਇਆ ਜੀ। ਕਿਰਾਏ ਭਾੜੇ ਵਾਸਤੇ ਵੀ ਅਤੇ ਖੇਤੀ ਵਾਸਤੇ ਵੀ, ਤੂੜੀ ਵਾਲੇ ਰੀਪਰ ਵਾਸਤੇ ਵੀ, ਤਾਂ ਵੱਡੀ ਮਸ਼ੀਨ 'ਤੇ ਵੀ ਚੱਲਦੇ ਆ ਜੀ ਇਹ ਟਰੈਕਟਰ ਸਾਡੇ, ਇੱਕ ਦੋ ਇੱਧਰ ਪਿੰਡਾਂ 'ਚ ਚੜੇ ਹੋਏ ਮਸ਼ੀਨਾਂ 'ਤੇ। ਤਾਂ ਬਾਕੀ ਲਿਫਟ 'ਚ ਬਹੁਤ ਸੁਧਾਰ ਹੋਇਆ ਜਦੋਂ ਮੈਸੀ ਨੇ ਇਹਨੂੰ ਟੇਕ ਓਵਰ ਕਰਿਆ। ਠੀਕ ਹੈ ਜੀ। ਐਕਚੁਲੀ ਆਇਸ਼ਰ ਟਰੈਕਟਰ ਡਿਵੀਜ਼ਨ ਹੈ ਜਿਹੜਾ ਉਹ ਮੈਸੀ ਨੇ ਖਰੀਦ ਲਿਆ ਜੀ, ਇਸ ਲਈ ਇਹਦਾ ਲਿਫਟ ਦਾ ਬਹੁਤ ਸੁਧਾਰ ਹੈ। ਠੀਕ ਹੈ। ਹਾਂਜੀ, ਲੋਕਾਂ ਜਿਵੇਂ ਆਪਣਾ ਝੋਨਾ ਬੀਜਣ ਵਾਲੀ ਮਸ਼ੀਨ ਆਈ ਹੈ, ਹਾਂਜੀ, ਕਈ ਲੋਕਾਂ ਨੇ ਇਹਦੇ ਨਾਲ ਬੀਜਿਆ, ਬਹੁਤ ਵਧੀਆ ਕਹਿੰਦੇ, ਲਿਫਟ ਦੀ ਬਹੁਤ ਵਧੀਆ ਪਰਫੋਰਮੈਂਸ ਆ ਰਹੀ। ਠੀਕ ਹੈ ਜੀ। ਹਾਂਜੀ ਲਓ ਜੀ, ਪਿਛਲੇ ਪਾਸੋਂ ਇੱਕ ਵਾਰ ਮਾਰ ਲਓ ਤੁਸੀਂ ਨਿਗਾਹ ਨਾ। ਅਤੇ ਇੱਕ ਗੱਲ ਮੈਂ ਹੋਰ ਦੇਖੀ ਹੈ ਜੀ, ਹੈ ਨਾ, ਵੀ ਜਿਹੜੇ ਐਸ਼ਰ ਟਰੈਕਟਰ ਨੇ, ਵੀ ਜਿਹੜੇ ਹੋਰ ਇਹਦੇ ਛੋਟੇ ਮਾਡਲ ਨੇ, ਜਿਵੇਂ ਛੋਟੇ ਕੰਮਾਂ 'ਤੇ ਬਹੁਤ ਫਾਇਦਾ ਕਰਦੇ ਜੀ, ਜਿਵੇਂ ਕਿਸਾਨ ਦਾ ਇੱਕ ਘੱਟ ਖਰਚੇ ਵਾਲਾ ਅਤੇ ਵੱਧ ਪੈਸੇ ਕਮਾਉਣ ਵਾਲਾ ਟਰੈਕਟਰ ਬਣਿਆ ਜੀ ਇਹ। ਹਾਂਜੀ ਬਿਲਕੁਲ ਜੀ। ਖਰਚਾ ਤਾਂ ਐਸ਼ਰ ਦਾ ਤਾਂ ਜੀ ਕਿਸੇ ਨੂੰ ਵੀ ਪੁੱਛ ਲਓ ਤੁਸੀਂ, ਸਭ ਤੋਂ ਘੱਟ ਤੇਲ ਇਹੀ ਖਾਂਦਾ ਜੀ, ਕਿਉਂਕਿ ਜ਼ਿਆਦਾ ਚੱਲਦਾ ਕਮਰਸ਼ੀਅਲ। ਹਾਂਜੀ, ਕਮਰਸ਼ੀਅਲ 'ਚ ਹਮੇਸ਼ਾ ਟਰੈਕਟਰ ਬੰਦਾ ਉਹ ਲਊਗਾ ਜਿਹਨੇ ਤੇਲ ਦੀ ਬੱਚਤ ਦੇਖਣੀ ਹੈ। ਜੱਟ ਜ਼ਿਮੀਂਦਾਰ ਨਹੀਂ ਦੇਖਦੇ, ਕਿਉਂਕਿ ਸਾਲ 'ਚ 3 ਮਹੀਨੇ ਚੱਲਣਾ ਹੁੰਦਾ ਟਰੈਕਟਰ ਜੀ, ਇਹ ਸਾਲ 'ਚ ਚੱਲਦਾ 12 ਮਹੀਨੇ ਜੀ, ਅਤੇ ਦਿਨ 'ਚ ਦੋ ਡਰਾਈਵਰ ਹੁੰਦੇ ਇਹਨਾਂ 'ਤੇ। ਹਾਂਜੀ, ਇਹ ਤਾਂ ਜੇ ਤੇਲ ਬਚਾਉਣਗੇ ਤਾਂ ਆਪਦੀ ਦਿਹਾੜੀ ਪਾਉਣਗੇ, ਨਹੀਂ ਤਾਂ ਮੁਸ਼ਕਿਲ। ਇਸ ਲਈ ਸਭ ਆਈਸ਼ਰੀ ਦੇ ਪੱਠੇ ਵਾਲੇ ਜਿੰਨੇ ਹੈਗੇ ਉਹਨਾਂ ਕੋਲ ਛੋਟਾ ਟਰੈਕਟਰ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ, ਉਹ ਵੀ ਸਾਡਾ ਜਿਵੇਂ ਪਾਵਰ ਸਟੀਅਰਿੰਗ 'ਚ ਆ ਗਿਆ ਇੱਕ ਜੀ, ਬਹੁਤ ਵਧੀਆ ਟਰੈਕਟਰ ਹੈ ਜੀ। ਅਤੇ ਲੋਕਾਂ ਦੇ ਆਪਦੇ ਘਰ ਬਣਾ ਲਏ ਛੋਟੇ ਟਰੈਕਟਰ ਖਰੀਦ ਕੇ ਉਹਨਾਂ ਨਾਲ ਕੰਮ ਕਰਕੇ, ਅਸੀਂ ਤਾਂ ਉਹਨਾਂ ਨੂੰ ਵੀ ਟਰੈਕਟਰ ਦਿੱਤੇ ਜਿਹਨਾਂ ਦੇ ਘਰੇ ਟਰੈਕਟਰ ਨਹੀਂ ਵਰਦਾ, ਅੱਜ ਉਹਨਾਂ ਕੋਲ 4-4 ਟਰੈਕਟਰ ਨੇ ਜੀ, ਵਧੀਆ ਆਪਦੇ ਬੱਚਿਆਂ ਨੂੰ ਪੜ੍ਹਾ ਰਹੇ ਆ, ਸਾਰਾ ਕੁਛ ਵਧੀਆ ਜੀ। ਲਓ ਜੀ, ਬਹੁਤ ਵਧੀਆ ਗੱਲਾਂ ਦੱਸੀਆਂ ਹੈ ਨਾ ਆਪਾਂ ਨੂੰ ਬਾਈ ਜੀ ਨੇ। ਗੁਰੂ ਹਰ ਸਹਾਇਆ ਗੁਰੂ ਸੇਲਜ ਬਠਿੰਡਾ ITI ਚੌਂਕ ਆਪਾਂ ਖੜ੍ਹੇ ਹੈਗੇ, ਅਤੇ ਟਰੈਕਟਰ 'ਤੇ ਨਿਗਾਹ ਮਾਰੋ, ਅਤੇ ਬਾਹਰੋਂ ਆਪਾਂ ਤੁਹਾਨੂੰ ਦੱਸਤਾ ਹੁਣ, ਆਪਾਂ ਉੱਪਰ ਚੜ੍ਹ ਕੇ ਤੁਹਾਨੂੰ ਸਾਰਾ ਕੁਛ ਦੱਸਦੇ ਹਾਂ। ਲਓ ਜੀ, ਫੁੱਟ ਰੈਸਟ 'ਤੇ ਪੈਰ ਧਰੇ ਆ, ਲਓ ਜੀ ਆ ਜੀ, ਦੇਖੋ ਲਾ ਲਓ, ਦੇਖੋ ਜੀ ਪਹਿਲਾਂ ਸਟੀਅਰਿੰਗ ਕਿੰਨਾ ਸੋਹਣਾ ਸਟੀਅਰਿੰਗ ਬਣਾਇਆ ਜੀ, ਹੈ ਨਾ ਕੰਪਨੀ ਨੇ। ਹਾਂਜੀ, ਜਿਵੇਂ ਕਾਰਾਂ ਕਰਾਈ ਹੈ ਨਾ, ਕਾਰਾਂ ਵਰਗਾ, ਇਹ ਵੀ ਨਾਲ ਲੱਗਿਆ ਲਗਾਇਆ ਆਉਂਦਾ, ਬਾਹਰੋਂ ਨਹੀਂ ਲਾਉਣਾ ਪੈਂਦਾ। ਹਾਂਜੀ, ਆਹ ਵਾਲਾ ਚੀਜ਼ ਕੰਪਨੀ ਤੋਂ ਲੱਗਿਆ ਲਗਾਈ ਆਉਂਦੀ ਹੈ ਜੀ। ਹਾਂਜੀ, ਤਾਂ ਬਹੁਤ ਵਧੀਆ ਸਟੀਅਰਿੰਗ ਬਣਾਇਆ, ਫਿਰ ਇਹ 'ਚ ਡਿਜੀਟਲ ਮੀਟਰ ਆ ਗਿਆ ਜੀ ਜੀ, ਤਾਂ ਟਾਈਮ ਵੀ ਆਉਂਦਾ ਇਹਦੇ ਵਿੱਚ, ਟਾਈਮ ਵੀ ਕਾਰਾਂ ਨੂੰ, ਤਾਂ ਟਾਈਮ ਵੀ ਆਉਂਦਾ, ਘੜੀ ਦੀ ਲੋੜ ਨਹੀਂ। ਆ ਜਾਓ ਉੱਪਰ ਹੀ ਆ ਜਾਓ ਤੁਸੀਂ। ਤਾਂ ਇਹ ਮੋਬਾਈਲ ਚਾਰਜਰ ਆ ਗਿਆ ਇਹਦਾ, ਹਾਂਜੀ, ਸਿੱਧੀ ਰੀਡ ਪਾਓ। ਹਾਂਜੀ,
ਕੁਛ ਹੋਰ ਪਾਉਣ ਦੀ ਲੋੜ ਨਹੀਂ। ਹਾਂ ਜੀ, ਮੋਬਾਈਲ ਚਾਰਜ ਹੁੰਦਾ। ਹਾਂ, ਇਕੱਲੀ ਡਾਟਾ ਕੇਬਲ ਪਾਓ ਅਤੇ ਆਪਦਾ ਮੋਬਾਈਲ ਇਹਦੇ ਵਿੱਚ ਪਾਓ, ਚਾਰਜ ਕਰੋ ਜੀ। ਜੀ, ਅਤੇ ਇੱਧਰ ਫਿਰ ਮੀਟਰ ਆ ਤਾਂ ਫਿਊਲ ਵਾਲਾ ਆ ਗਿਆ। ਆਹ ਫਿਊਲ ਵਾਲਾ ਆ ਗਿਆ ਜੀ, ਆਹ ਬੈਟਰੀ ਵਾਲਾ ਆ ਗਿਆ ਜੀ। ਹਾਂ ਜੀ, ਆਹ ਗਰਮ ਵਾਲਾ ਆ ਗਿਆ ਜੀ, ਆਹ ਗਰਮ ਵਾਲਾ, ਸੋਰੀ, ਆਹ ਆਇਲ ਪ੍ਰੈਸ਼ਰ ਵਾਲਾ ਆ ਗਿਆ ਜੀ। ਜੀ, ਇੱਧਰ ਸਪੀਡ ਹੈ ਜਿਹੜੀ ਇਹਦੀ, ਇੱਥੇ ਆਰ ਪੀ ਐਮ ਵਾਲਾ ਆ ਗਿਆ ਜੀ। ਆਹ ਥੱਲੇ ਸਮਾਂ ਆ ਜਾਂਦਾ ਜੀ, ਜਿੱਥੇ ਆਪਾਂ ਸੈੱਟ ਕਰ ਲਾਂਗੇ ਜੀ, ਜਿਸ ਹਿਸਾਬ ਨਾਲ। ਠੀਕ ਹੈ ਜੀ, ਤਾਂ ਇੱਥੇ ਉਸ ਹਿਸਾਬ ਨਾਲ ਸਮਾਂ ਆ ਜਾਂਦਾ ਜੀ। ਜੀ, ਠੀਕ ਹੈ ਜੀ। ਦੂਜੀ ਇਹ 'ਚ ਪੀ ਟੀ ਓ ਹੈ, ਇਹ ਗੇਅਰਾਂ 'ਚ ਵੀ ਚੱਲਦਾ ਜੀ। ਹਾਂ ਜੀ, ਤਾਂ ਗਰਾਊਂਡ ਪੀ ਟੀ ਓ ਵੀ ਹੈ ਅਤੇ ਰਿਵਰਸ ਪੀ ਟੀ ਓ ਵੀ ਜੀ। ਹਾਂਜੀ, ਸਿੱਧੇ 540 ਚੱਕਰ ਵੀ ਕੱਢਦਾ ਅਤੇ ਗੇਅਰਾਂ 'ਚ ਵੀ ਚੱਲਦਾ, ਹਾਈ ਲੋ ਨੋਟਲ ਕਰਕੇ, ਜਿਵੇਂ ਜੀਟਰ ਵਗੈਰਾ ਪਹਿਲਾਂ ਸੀਗੇ ਉਹਦੇ ਵਿੱਚ। ਹਾਂਜੀ, ਤਾਂ ਉਹ ਤਕਨੀਕ ਇਹ 'ਚ ਵੀ ਹੈਗੀ ਹੈ ਜੀ। ਜੀ, ਹਾਂਜੀ, ਲੋ ਹਾਈ ਨਿਊਟਰਲ ਟੂ ਸਪੀਡ ਟਰੈਕਟਰ ਆ ਗਿਆ। ਹਾਂਜੀ, ਟੂ ਸਪੀਡ। ਠੀਕ ਹੈ ਜੀ, 1 2 3 ਇੱਧਰ 5 4 ਸਪੀਡਾਂ ਜੀ, ਪੰਜਵਾਂ ਬੈਕ ਆ ਗਿਆ। ਇੱਧਰ ਲਿਫਟ ਵਾਲੀ ਲੀਵਰ ਆ ਗਿਆ ਜੀ। ਠੀਕ ਹੈ, ਲਿਫਟ ਉੱਪਰ ਨੀਚੇ ਵਾਲਾ। ਠੀਕ ਹੈ ਜੀ, ਅਤੇ ਇੱਧਰ ਆਪਾਂ ਲਿਫਟ ਨੂੰ ਕਿਤੇ ਵੀ ਸੈੱਟ ਕਰਕੇ ਰੱਖ ਸਕਦੇ ਹੈਗੇ। ਠੀਕ ਹੈ, ਅਤੇ ਇੱਧਰ ਦੇਖੋ ਥੱਲੇ ਵਾਲਾ ਪਲੇਟਫਾਰਮ ਵਧੀਆ ਨੋਰਮਲ ਹੈਗਾ, ਨਾ ਜ਼ਿਆਦਾ ਖੁੱਲ੍ਹਾ ਨਾ ਜ਼ਿਆਦਾ ਭੀੜਾ। ਅਤੇ ਇੱਕ ਵਾਰ ਆਪਾਂ ਸਟਾਰਟ ਕਰਕੇ ਦਿਖਾ ਦਈਏ। ਹਾਂਜੀ ਹਾਂਜੀ, ਕਰ ਲਓ। ਇਹਦਾ ਨਹੀਂ ਜੀ, ਜਿੰਨਾ ਚਿਰ ਕਲੱਚ ਨੱਪ ਕੇ ਸਟਾਰਟ ਹੋਊਗਾ ਇਹ ਕਾਰ ਆਂਗ। ਠੀਕ ਹੈ ਜੀ, ਆਫ ਹੋ ਜਾਣਾ। ਠੀਕ ਹੈ ਜੀ, ਲਓ ਜੀ, ਮੈਨੂੰ ਨਹੀਂ ਲੱਗਦਾ ਕੁਛ ਵੀ ਦੱਸਣ ਵਾਲਾ ਰਹਿ ਗਿਆ ਇਹਦੇ ਬਾਰੇ। ਠੀਕ ਹੈ, ਚਲੋ ਮਿਲਦੇ ਹਾਂ ਜੀ ਕਿਸੇ ਹੁਣ ਆਪਾਂ ਅਗਲੇ ਹੋਰ ਬਲੌਗ ਦੇ ਵਿੱਚ। ਠੀਕ ਹੈ ਬਾਈ ਜੀ, ਹਾਂਜੀ, ਬਹੁਤ ਵਧੀਆ ਤੁਸੀਂ ਨੌਲੇਜ ਦਿੱਤੀ। ਓਕੇ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।